ਕਿ ਫੋਨ ਤੋਂ ਥੋੜਾ ਸਮਾਂ ਦੂਰ ਰਹਿਣ ਤੇ ਤੁਸੀਂ ਵੀ ਹੋ ਜਾਂਦੇ ਹੋ ਪਰੇਸ਼ਾਨ। ਕਿਤੇ ਤੁਸੀਂ ਤਾਂ ਨਹੀਂ ਨੋਮੋਫੋਬੀਆ ਦਾ ਸ਼ਿਕਾਰ? ਕਿਵੇਂ ਪਤਾ ਲੱਗੇਗਾ ਕਿ ਤੁਹਾਨੂੰ ਵੀ ਹੈ ਬੇਕਾਰ? ਜੇ ਤੁਸੀਂ ਨੋਮੋਫੋਬੀਆ ਦੇ ਲੱਛਣ ਦੇਖ ਰਹੇ ਹੋ ਤਾਂ ਕੀ ਕਰਨਾ ਚਾਹੀਦਾ ਹੈ? ਆਓ ਜਾਣ ਲੈਂਦੇ ਇਸ ਪੂਰੀ ਰਿਪੋਰਟ 'ਚ। ਦਰਅਸਲ ਮੋਬਾਈਲ ਫੋਨ ਸਾਡੇ ਸਾਰਿਆਂ ਦੀ ਰੋਜ਼ਾਨਾ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਏ। ਫੋਨ ਕਾਲਾਂ ਤੋਂ ਲੈ ਕੇ ਪੇਮੈਂਟ ਤੱਕ ਅਸੀਂ ਸਾਰੇ ਮੋਬਾਈਲ ਫੋਨਾਂ ਨਾਲ ਜੁੜੇ ਰਹਿੰਦੇ ਹਾਂ। ਪਰ ਕੀ ਤੁਸੀਂ ਆਪਣੇ ਮੋਬਾਈਲ ਉੱਤੇ ਇੰਨੇ ਨਿਰਭਰਤਾ ਨਹੀਂ ਹੋਗੇ ਕਿ ਤੁਸੀਂ ਕੁਝ ਸਮੇਂ ਲਈ ਵੀ ਇਸ ਤੋਂ ਦੂਰ ਨਹੀਂ ਰਹਿ ਸਕਦੇ ਹੋ? ਕੀ ਤੁਸੀਂ ਮੋਬਾਈਲ ਫੋਨ ਕਨੈਕਟੀਵਿਟੀ ਨਾ ਹੋਣ ਉੱਤੇ ਚਿੰਤਾ ਮਹਿਸੂਸ ਕਰਦੇ ਹੋ? ਜੇਕਰ ਹਾਂ ਤਾਂ ਸਾਵਧਾਨ ਹੋ ਜਾਓ, ਇਹ ਨੋਮੋਫੋਬੀਆ ਨਾਮਕ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ। ਨੋਮੋਫੋਬੀਆ ਇੱਕ ਮਾਨਸਿਕ ਸਿਹਤ ਵਿਗਾੜ ਵਜੋਂ ਜਾਣਿਆ ਜਾਂਦਾ ਹੈ। ਨੋਮੋਫੋਬੀਆ ਨੂੰ ਮੋਬਾਈਲ ਫੋਨ ਫੋਬੀਆ ਉਦੋਂ ਹੁੰਦਾ ਹੈ ਜਦੋਂ ਕੋਈ ਵਿਅਕਤੀ ਮੋਬਾਈਲ ਫੋਨ ਕਨੈਕਟੀਵਿਟੀ ਨਾ ਹੋਣ ਕਾਰਨ ਡਰ ਜਾਂ ਚਿੰਤਾ ਦਾ ਅਨੁਭਵ ਕਰਨਾ ਸ਼ੁਰੂ ਕਰ ਦਿੰਦਾ ਹੈ। ਉਤੇਜਨਾ, ਸਾਹ ਲੈਣ ਵਿੱਚ ਬਦਲਾਅ ਅਤੇ ਹੋਰ ਲੱਛਣ ਵੀ ਹੋ ਸਕਦੇ ਨੇ। ਨੋਮੋਫੋਬੀਆ ਦੀ ਸਥਿਤੀ ਨੂੰ ਤੁਹਾਡੀ ਸੋਚ ਅਤੇ ਸਥਿਤੀ ਨਾਲ ਨਜਿੱਠਣ ਦੇ ਤਰੀਕੇ ਨੂੰ ਪ੍ਰਭਾਵਿਤ ਕਰਨ ਲਈ ਮੰਨਿਆ ਜਾਂਦਾ ਹੈ। ਮੋਬਾਈਲ ਫੋਨ ਨਾਲ ਜੁੜੇ ਰਹਿਣਾ ਸਾਡੇ ਸਾਰਿਆਂ ਦੀ ਜ਼ਰੂਰਤ ਬਣ ਗਿਆ। ਪਰ ਜੇਕਰ ਤੁਸੀਂ ਕੁਝ ਸਮੇਂ ਲਈ ਇਸ ਤੋਂ ਦੂਰ ਰਹਿਣ ਉੱਤੇ ਪਰੇਸ਼ਾਨ ਹੋ ਜਾਂਦੇ ਹੋ ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ, ਜਿਵੇਂ ਕਿ ਚਿੰਤਾ ਅਤੇ ਤਣਾਅ ਵਰਗੇ ਲੱਛਣ ਹੋ ਸਕਦੇ ਨੇ। ਖੋਜਕਰਤਾਵਾਂ ਨੇ ਕਿਹਾ ਹੈ ਕਿ ਸਮਾਰਟਫੋਨ ਦੇ ਆਉਣ ਤੋਂ ਬਾਅਦ ਇਹ ਸਮੱਸਿਆ ਬਹੁਤ ਵੱਧ ਗਈ ਹੈ। ਕਿਵੇਂ ਪਤਾ ਲੱਗੇਗਾ ਕਿ ਤੁਹਾਨੂੰ ਵੀ ਇਹ ਵਿਕਾਰ ਹੈ? ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਚਿੰਤਾ ਅਤੇ ਤਣਾਅ ਤੋਂ ਇਲਾਵਾ ਨੋਮੋਫੋਬੀਆ ਹੋਰ ਵੀ ਕਈ ਸਮੱਸਿਆਵਾਂ ਪੈਦਾ ਕਰਦਾ ਹੈ, ਜਿਸ ਵੱਲ ਗੰਭੀਰਤਾ ਨਾਲ ਧਿਆਨ ਦੇਣਾ ਚਾਹੀਦਾ ਹੈ। ਥੋੜ੍ਹੇ ਸਮੇਂ ਲਈ ਵੀ ਫੋਨ ਤੋਂ ਦੂਰ ਰਹਿਣ ਕਾਰਨ ਸਰੀਰ ਵਿੱਚ ਕੰਬਣੀ, ਪਸੀਨਾ ਆਉਣਾ ਅਤੇ ਘਬਰਾਹਟ ਵਰਗੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਕੁਝ ਸਥਿਤੀਆਂ ਦੇ ਵਿੱਚ ਟੈਕੀਕਾਰਡੀਆ ਦੀ ਸਮੱਸਿਆ ਵੀ ਹੋ ਸਕਦੀ ਹੈ, ਦਿਲ ਦੀ ਧੜਕਣ ਵਿੱਚ ਵੀ ਸਮੱਸਿਆ ਆ ਸਕਦੀ ਹੈ। ਤੁਹਾਨੂੰ ਦੱਸ ਦਿੰਦੇ ਹਾਂ ਇਸ ਫੋਬੀਆ ਦਾ ਕੀ ਕਾਰਨ ਹੋ ਸਕਦਾ ਹੈ। ਮੋਬਾਈਲ ਫੋਨਾਂ ਤੋਂ ਦੂਰੀ ਹੋਣ ਉੱਤੇ ਹੋਣ ਵਾਲੀ ਘਬਰਾਹਟ, ਚਿੰਤਾ ਦੀ ਸਥਿਤੀ ਕਿਉਂ ਹੁੰਦੀ ਹੈ, ਇਸ ਦੇ ਕਾਰਨਾਂ ਨੂੰ ਸਮਝਣ ਲਈ ਬਹੁਤ ਸਾਰੇ ਅਧਿਐਨ ਕੀਤੇ ਗਏ ਹਨ। ਸਾਲ 2020 ਵਿੱਚ ਅਧਿਐਨਾਂ ਦੀ ਸਮੀਖਿਆ ਦੇ ਵਿੱਚ ਵਿਗਿਆਨੀਆਂ ਦੀ ਟੀਮ ਨੇ ਇਸ ਦੇ ਕੁਝ ਸੰਭਾਵਿਤ ਕਾਰਨ ਦੱਸੇ ਨੇ। ਮਾਹਿਰਾਂ ਦਾ ਕਹਿਣਾ ਹੈ ਕਿ ਸਮਾਰਟਫੋਨ ਨਾਲ ਸੰਬੰਧਿਤ ਮਜਬੂਰੀ ਇਸ ਵਿਗਾੜ ਨੂੰ ਜਨਮ ਦੇਣ ਦਾ ਕਾਰਨ ਹੋ ਸਕਦੀ ਹੈ। ਇਸ ਤੋਂ ਇਲਾਵਾ ਅੰਤਰ ਵਿਅਕਤੀਗਤ ਸੰਵੇਦਨਸ਼ੀਲਤਾ ਹੁੰਦੀ ਹੈ, ਜਿਸ ਵਿੱਚ ਵਿਅਕਤੀ ਆਪਣੇ ਵਿਚਾਰ ਦੂਜਿਆਂ ਨਾਲ ਸਾਂਝੇ ਨਹੀਂ ਕਰ ਪਾਉਂਦਾ। ਜੇ ਤੁਸੀਂ ਨੋਮੋਫੋਬੀਆ ਦੇ ਲੱਛਣ ਦੇਖਦੇ ਹੋ ਤਾਂ ਕੀ ਕਰਨਾ ਚਾਹੀਦਾ ਹੈ, ਆਓ ਤੁਹਾਨੂੰ ਉਹ ਵੀ ਦੱਸ ਦਿੰਦੇ ਹਾਂ। ਕਿਉਂਕਿ ਨੋਮੋਫੋਬੀਆ ਅਧਿਕਾਰਿਤ ਤੌਰ 'ਤੇ ਮਾਨਸਿਕ ਵਿਗਾੜ ਨਹੀਂ ਹੈ, ਇਸ ਲਈ ਫਿਲਹਾਲ ਇਸ ਦਾ ਕੋਈ ਇਲਾਜ ਨਹੀਂ ਹੈ। ਹਾਲਾਂਕਿ ਕੁਝ ਕਿਸਮ ਦੀ ਥੈਰੇਪੀ ਅਤੇ ਸਲਾਹ ਮਸ਼ਵਰੇ ਫੋਬੀਆ ਨੂੰ ਦੂਰ ਕਰਨ ਅਤੇ ਲੱਛਣਾਂ ਨੂੰ ਸੰਧਾਰਨ ਦੇ ਵਿੱਚ ਮਦਦ ਕਰ ਸਕਦੇ ਹਨ। ਜੇਕਰ ਕਿਸੇ ਵਿਅਕਤੀ ਦੇ ਵਿੱਚ ਇਹ ਲੱਛਣ ਦਿਸਦੇ ਹਨ ਤਾਂ ਉਸਨੂੰ ਮਨੋਵਿਗਿਆਨੀ ਕੋਲ ਲੈ ਕੇ ਜਾਓ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ।